ਜਨਾਬ ਅਫਜ਼ਲ ਅਹਿਸਨ ਰੰਧਾਵਾ ਜੀ ਦੀ ਕਹਾਣੀ ਬੇੜੀਆਂ। ਰਘਬੀਰ ਸਿੰਘ ਵਿਰਕ ਮਾਝੇ ਦਾ ਮਸ਼ਹੂਰ ਚੋਰ ਸੀ। ਉਸਨੂੰ ਬਸ ਤਿੰਨ ਹੀ ਸ਼ੌਕ ਸਨ, ਚੰਗੇ ਲੀੜੇ ਪਾਉਣੇ, ਚੰਗੀ ਘੋੜੀ 'ਤੇ ਚੜ੍ਹਨਾ ਅਤੇ ਚੰਗੇ ਘਰ ਵਿੱਚ ਚੋਰੀ ਕਰਨਾ। ਚੰਗੇ ਲੀੜੇ ਪਾਉਣ ਦਾ ਸ਼ੌਕ ਉਸਨੂੰ ਆਪਣੇ ਮਾਮੇ ਕੋਲੋਂ ਮਿਲਿਆ ਸੀ। ਚੰਗੀ ਘੋੜੀ 'ਤੇ ਚੜ੍ਹਨਾ ਉਸ ਆਪਣੇ ਬਾਪੂ ਕੋਲੋਂ ਸਿੱਖਿਆ ਸੀ ਅਤੇ ਚੋਰੀ ਯਾਰੀ ਵਾਲੇ ਰਾਹ ਉਹਨੂੰ ਉਹਦਿਆਂ ਯਾਰਾਂ ਲਾ ਦਿੱਤਾ ਸੀ। ਉਂਝ ਚੋਰੀ ਅਖੀਰ ਤੱਕ ਉਹਦੀ ਆਦਤ ਨਹੀਂ ਸੀ ਬਣੀ, ਬਸ ਉਹ ਸ਼ੁਗਲ ਲਈ ਹੱਥ ਪੱਲਾ ਮਾਰ ਲੈਂਦਾ ਸੀ। ਸੌਖੇ ਅਤੇ ਖਾਂਦੇ ਪੀਂਦੇ ਘਰ ਵਿੱਚ ਉਹ ਇਕੱਲਾ ਪੁੱਤਰ ਸੀ। ਕੋਈ ਇਹੋ ਜਿਹੀ ਲੋੜ ਵੀ ਨਹੀਂ ਸੀ ਪਈ ਕਿ ਜ਼ਰੂਰ ਚੋਰੀ ਕਰੇ। ਬਸ ਉਹ ਆਖਦਾ, ਬੰਦਾ ਵਿਹਲਮ ਵਿਹਲਾ ਰਹਿ ਕੇ ਕਰੇ ਵੀ ਕੀ। ਕਦੀ ਉਹਦਾ ਪਿਓ ਸਰਦਾਰ ਬੰਤਾ ਸਿੰਘ ਆਪਣੇ ਪਿੰਡ ਹੱਬੇ ਬੱਗੇ ਦਾ ਲੰਬੜਦਾਰ ਹੁੰਦਾ ਸੀ। ਉਦੋਂ ਰਘਬੀਰ ਅਜੇ ਬਾਲ ਹੀ ਸੀ ਅਤੇ ਜਦੋਂ ਨੂੰ ਉਹ ਸਿਆਣਾ ਹੋਇਆ ਉਦੋਂ ਨੂੰ ਉਹਦਾ ਪਿਓ ਮਰ ਗਿਆ ਸੀ। ਇੱਕ ਮਾਂ ਹੀ ਉਹਦਾ ਸਭ ਕੁਝ ਸੀ, ਨਾ ਭੈਣ, ਨਾ ਭਰਾ, ਨਾ ਚਾਚਾ, ਨਾ ਤਾਇਆ। ਸਿਆਣਾ ਹੋਇਆ ਤਾਂ ਇੱਕ ਅੱਧ ਵਾਰ ਉਸ ਆਪ ਵਾਹੀ ਕੀਤੀ ਅਤੇ ਫਿਰ ਉਸ ਆਪਣੀ ਜ਼ਮੀਨ ਅੱਧ 'ਤੇ ਦੇ ਛੱਡੀ ਅਤੇ ਆਪ ਮੌਜ ਮੇਲਾ ਲੁੱਟਣ ਲੱਗ ਪਿਆ। ਉਦੋਂ ਉਹ 11 ਵਰ੍ਹੇ ਦਾ ਸੀ ਜਦੋਂ ਇੱਕ ਚਾਨਣੀ ਰਾਤ ਉਹ ਪਿੰਡ ਚਿੱਟੇ ਬੱਗੇ ਦੀਆਂ ਗਲੀਆਂ ਵਿੱਚ ਮੁੰਡਿਆਂ ਨਾਲ ਲੁੱਕਣ ਮੀਟੀ ਪਿਆ ਖੇਡਦਾ ਸੀ। ਅਸ਼ਰ, ਜੋ ਉਹਦਾ ਬੜਾ ਯਾਰ ਸੀ, ਉਹਨੂੰ ਆਖਣ ਲੱਗਾ, ਯਾਰ ਭੈੜਿਆ, ਕੁਝ ਖਾਣ ਪੀਣ ਨੂੰ ਦਿਲ ਕਰਦਾ ਹੀ ਪਿਆ। ਗਰਮੀਆਂ ਦੇ ਦਿਨ ਸਨ ਅਤੇ ਖਰਬੂਜ਼ਿਆਂ ਦੀ ਬਹਾਰ ਸੀ। ਰਘਬੀਰ ਆਖਣ ਲੱਗਾ, ਚੱਲ ਬਾਬੇ ਨਾਰਾਇਣ ਸਿੰਘ ਦੀ ਪੈਲੀ 'ਚੋਂ ਰੀਂਡੇ ਤੋੜ ਲਿਆਉਂਦੇ ਹਾਂ। ਨਹੀਂ ਯਾਰ, ਕੁਝ ਹੋਰ ਖਾਈਏ। ਹੋਰ ਇਸ ਵੇਲੇ ਤੇਰੀ ਮਾਂ, ਉਹ ਨਹੀਂ ਯਾਰ, ਮੂੰਗਫਲੀ ਖਾਣ ਨੂੰ ਰੂਹ ਕਰਦੀ ਹੈ। ਅਸ਼ਰ ਉਹਦੀ ਗੱਲ ਟੁੱਕ ਕੇ ਆਖਣ ਲੱਗਾ। ਰਘਬੀਰ ਇਹ ਸੁਣ ਕੇ ਹੈਰਾਨ ਰਹਿ ਗਿਆ, ਫਿਰ ਹੱਸ ਪਿਆ ਅਤੇ ਆਖਣ ਲੱਗਾ, ਉੱਤੋਂ ਅੱਧੀ ਰਾਤ ਹੋਣ ਡਈ ਆ ਅਤੇ ਇਸ ਵੇਲੇ ਮੂੰਗਫਲੀ ਕਿੱਥੋਂ ਆਊਗੀ? ਧਰਤੇ ਬਾਹਮਣ ਦੀ ਹੱਟੀ, ਅਸ਼ਰ ਨੇ ਮੂੰਹ ਉਹਦੇ ਕੰਨ ਕੋਲ ਕਰਕੇ ਆਖਿਆ। ਤਰਗਬੀਰ ਹੱਸ ਪਿਆ, ਇਸ ਕਰਕੇ ਵੀ ਪਿੰਡ ਵਿੱਚ ਇੱਕ ਹੀ ਹੱਟੀ ਸੀ, ਧਰਤੇ ਬਾਹਮਣ ਦੀ। ਜਿਹੜਾ ਹਨੇਰਾ ਪੈਂਦਿਆਂ ਹੀ ਹੱਟੀ ਨੂੰ ਜਿੰਦਰਾਂ ਮਾਰ ਕੇ ਘਰ ਨੂੰ ਟੁਰ ਜਾਂਦਾ ਸੀ। ਜੇ ਮਗਰੋਂ ਕਿਸੇ ਨੂੰ ਕੁਝ ਲੈਣ ਦੀ ਲੋੜ ਪੈਂਦੀ ਤਾਂ ਉਹ ਧਰਤੇ ਨੂੰ ਘਰੋਂ ਉਠਾ ਕੇ ਲਿਆਉਂਦਾ। ਲੋਕ ਆਖਦੇ ਕਿ ਬਾਹਮਣ ਆਪਣੀ ਬਾਹਮਣੀ ਦਾ ਵਸਾ ਨਹੀਂ ਖਾਂਦਾ, ਧਰਤਾ ਵਿਚਾਰਾ ਕਰਦਾ ਵੀ ਕੀ। ਇੱਕ ਤਾਂ ਬਾਹਮਣੀ ਦਾ ਰੰਗ ਦੁੱਧ ਵਰਗਾ ਚਿੱਟਾ ਸੀ ਅਤੇ ਉੱਤੋਂ ਪਿੰਡ ਦਾ ਹਰ ਗੱਭਰੂ ਭੂਤਰਿਆ ਫਿਰਦਾ ਸੀ। ਫਿਰ ਉਸ ਰਾਤ ਰਘਬੀਰ ਅਤੇ ਅਸ਼ਰ ਨੇ ਮੂੰਗਫਲੀਆਂ ਵਾਲਾ ਨਿੱਕਾ ਜਿਹਾ ਡੱਬਾ, ਜਿਹਦੇ ਵਿੱਚ ਮਸਾਂ ਹੀ ਅੱਧ ਸੇਰ ਮੂੰਗਫਲੀ ਹੋਵੇਗੀ, ਕੱਢਣ ਲਈ ਧਰਤੇ ਬਾਹਮਣ ਦੀ ਹੱਟੀ ਭੰਨ ਲਈ। ਇਹ ਰਘਬੀਰ ਦੀ ਪਹਿਲੀ ਚੋਰੀ ਸੀ। ਇਸ ਪਿੱਛੋਂ ਜਵਾਨੀ ਚੜ੍ਹਦਿਆਂ ਹੀ ਚੋਰੀਆਂ ਸਨ, ਥਾਣਾ ਸੀ, ਜੇਲ੍ਹ ਸੀ ਅਤੇ ਰਘਬੀਰ ਸੀ। ਅਸ਼ਰ ਇੱਕ ਚੋਰੀ ਵਿੱਚ ਕਤਲ ਵੀ ਕਰ ਬੈਠਾ ਅਤੇ ਲੰਮੀ ਸਜ਼ਾ ਖਾ ਗਿਆ। ਰਘਬੀਰ ਰੱਬ ਦੀ ਹਿਕਮਤ ਨਾਲ ਬਚ ਗਿਆ। ਯਾਰ ਨੂੰ ਛਡਵਾਉਣ ਲਈ ਉਸ ਟਿੱਲ 'ਤੇ ਬੜਾ ਲਾਇਆ, ਪਰ ਉਹਦੀ ਸਜ਼ਾ ਨਾ ਟੁੱਟੀ। ਰਘਬੀਰ ਇਕੱਲਾ ਹੀ ਚੋਰੀ ਦੇ ਰਾਹ ਟੁੱਟਦਾ ਰਿਹਾ। ਜਦੋਂ ਉਹ 25-26 ਵਰ੍ਹਿਆਂ ਦਾ ਹੋਇਆ ਤਾਂ ਉਹ ਮਾਝੇ ਦੇ ਵੱਡੇ ਵੱਡੇ ਚੋਰਾਂ ਤੋਂ 4 ਪੈਰ ਅਗਾਂਹ ਹੀ ਸੀ। ਆਖਦੇ ਨੇ ਚੋਰਾਂ ਦੇ ਪੈਰ ਨਹੀਂ ਹੁੰਦੇ, ਪਰ ਰਘਬੀਰ ਸਿੰਘ ਵਿਰਕ ਦੇ ਮਾਮਲੇ ਵਿੱਚ ਇਹ ਗੱਲ ਝੂਠੀ ਸੀ।
ਉਹ ਪੈਰਾਂ ਵਾਲਾ ਚੋਰ ਸੀ। ਚੰਗਿਆਂ ਭਲਿਆਂ ਹੱਡਾਂ ਪੈਰਾਂ ਵਾਲਾ ਮਨ ਚਿੱਤ ਗੱਭਰੂ ਸੀ ਉਹ। ਉਹਦਾ ਹੌਸਲਾ ਸ਼ੇਰਾਂ ਵਾਲਾ ਅਤੇ ਕੰਮ ਸਾਨਾਂ ਵਾਲੇ ਸਨ। ਚੋਰੀ ਤਾਂ ਉਹ ਸ਼ੁਗਲ ਮੇਲੇ ਲਈ ਹੀ ਕਰਦਾ ਸੀ, ਪਰ ਜਿੱਥੇ ਅਤੇ ਜਦੋਂ ਕਦੀ ਕੋਈ ਉਹਨੂੰ ਲਲਕਾਰ ਦਿੰਦਾ ਤਾਂ ਉਹ ਭੁੱਲ ਜਾਂਦਾ ਵੀ ਉਹ ਚੋਰ ਹੈ, ਅਤੇ ਉੱਥੇ ਉਹ ਸਾਨ ਵਾਂਗੂ ਅੜ ਕੇ ਖੜ੍ਹ ਜਾਂਦਾ। ਜਿੱਥੇ ਉਹ ਅੜ ਜਾਂਦਾ ਤਾਂ ਉਹਨਾਂ ਪੈਰਾਂ ਦੀ ਮਿੱਟੀ ਸਾਨਾਂ ਵਾਂਗ ਕਦੇ ਨਹੀਂ ਸੀ ਛੱਡਦਾ। ਖੌਰ ਇਹੀ ਵਜ੍ਹਾ ਸੀ ਕਿ ਗੱਭਰੂ ਉਹਨੂੰ ਵੇਖ ਕੇ ਖੜੋ ਜਾਂਦੇ ਅਤੇ ਤੁਰੀਆਂ ਜਾਂਦੀਆਂ ਕੁੜੀਆਂ ਉਹਨੂੰ ਪਰਤ ਪਰਤ ਕੇ ਵੇਖਦੀਆਂ। ਵੱਡੇ ਉਹਦੀ ਸੋਹਣੀ ਜਵਾਨੀ ਲਈ ਦੁਆ ਕਰਦੇ ਅਤੇ ਸੂਰਮੇ ਉਹਦਾ ਰਾਹ ਨਹੀਂ ਸਨ ਲੰਘਦੇ ਹੁੰਦੇ। ਸਾਰੇ ਮਾਝੇ ਵਿੱਚ ਉਹਦੀ ਡਾਂਗ ਅਤੇ ਹਵਾ ਨਾਲ ਵੀ ਤੇਜ਼ ਭੱਜਣ ਵਾਲੀ ਮੁਸ਼ਕੀ ਘੋੜੀ ਦੀ ਧੁੰਮ ਸੀ। ਉਦੋਂ ਹੀ ਉਸੇ ਇਲਾਕੇ ਵਿੱਚ ਪਿੰਡ ਕਤਾਰੂ ਗਿੱਲ ਤੋਂ ਇੱਕ ਨਵਾਂ ਗੱਭਰੂ ਉੱਠਿਆ, ਜਿਹੜਾ ਆਪਣੇ ਪਿੰਡ ਦੁਆਲੇ ਬਹਾਦਰੀ ਦੀ ਕੰਧ ਬਣ ਕੇ ਖੜ ਗਿਆ। ਉਹਨੇ ਪਿੰਡ ਦੇ ਲੋਕਾਂ ਨੂੰ ਆਖਿਆ, ਮਾਲ ਡੰਗਰ ਵੱਲੋਂ ਬੇਸ਼ੱਕ ਅੱਖਾਂ ਮੀਟ ਕੇ ਸੌ ਜਾਇਆ ਕਰੋ, ਜਿਹਦੀ ਕੋਈ ਸ਼ੈ ਚਲੀ ਗਈ ਉਹ ਮੇਰਾ ਜ਼ਿੰਮਾ ਰਿਹਾ, ਮੈਂ ਇੱਥੋਂ ਆ ਕੇ ਲਿਆ ਜਾਇਆ ਜੇ। ਅਤੇ ਨਾਲ ਹੀ ਉਹ ਮਾਝੇ ਦੇ ਸਾਰੇ ਚੋਰਾਂ ਨੂੰ ਵੰਗਾਰ ਕੇ ਕਹਿਣ ਲੱਗਾ, ਜਿਹਨੂੰ ਜਾਣ ਦੀ ਲੋੜ ਨਾ ਹੋਵੇ ਉਹੀ ਉਹ ਕਤਾਰੂ ਗਿੱਲ ਪਿੰਡ ਵੱਲ ਮੂੰਹ ਕਰੇ। ਅਤੇ ਸੱਚੀ ਕਤਾਰੂ ਗਿੱਲ ਵਿੱਚ ਚੋਰੀਆਂ ਹੁਣੋਂ ਹਟ ਗਈਆਂ। ਜਿੱਥੇ ਦੋ ਚਾਰ ਬੰਦੇ ਇਕੱਠੇ ਹੁੰਦੇ ਉਸ ਨਵੇਲ ਕੇ ਸੂਰਮੇ ਦੀਆਂ ਗੱਲਾਂ ਕਰਦੇ, ਦੂਰੋਂ ਦੂਰੋਂ ਲੋਕ ਉਸ ਗੱਭਰੂ ਨੂੰ ਵੇਖਣ ਜਾਂਦੇ ਜਿਹੜਾ ਛੈਲ ਛਬੀਲਾ 24 ਕੁ ਵਰਿਆਂ ਦਾ ਰੱਜ ਕੇ ਸੋਹਣਾ ਮੁੰਡਾ ਸੀ। ਉਹਦਾ ਨਾਮ ਹਜ਼ਾਰਾ ਸਿੰਘ ਸੀ। ਹਜ਼ਾਰਾ ਸਿੰਘ ਦੀਆਂ ਗੱਲਾਂ ਜਵਾਨ ਕੁੜੀਆਂ ਤੋਂ ਲੈ ਕੇ ਵੱਡੀਆਂ ਮਾਈਆਂ ਤੱਕ ਅਤੇ ਬਾਲ ਅਵਾਣਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਜ਼ੁਰਗਾਂ ਤੱਕ ਹਰ ਕੋਈ ਕਰਦਾ ਸੀ। ਲੋਕ ਉਹਦੀਆਂ ਗੱਲਾਂ ਕਰਦੇ ਆਖਦੇ, ਸਾਰੇ ਮਾਝੇ ਵਿੱਚ ਐਡਾ ਵੱਡਾ ਸੂਰਮਾ ਕੋਈ ਨਹੀਂ ਜੇ, ਉਹ ਮਾਝੇ ਦਾ ਨੱਕ ਹੈ ਅਤੇ ਕਤਾਰੂ ਗਿੱਲ ਨੇ ਇਹੋ ਜਿਹਾ ਲਾਲ ਅੱਗੇ ਕੋਈ ਨਹੀਂ ਜੰਮਿਆ। ਕੋਈ ਸੁਣਾਉਂਦਾ, ਉਹ ਬੜਾ ਸਖੀ ਹੈ, ਫਲਾਣੇ ਕੰਮੀ ਦੀ ਧੀ ਦੇ ਵਿਆਹ 'ਤੇ ਉਸ 1000 ਰੁਪਈਆ ਮਦਦ ਪਾਰੋ ਦੇ ਛੱਡਿਆ ਸੀ। ਕੋਈ ਬੋਲਦਾ, ਉਹ ਤਾਂ ਮੋਚੀ ਜੁੱਤੀ ਬਣਾ ਕੇ ਲਿਆਏ ਤਾਂ ਉਸਨੂੰ ਮੱਝ ਕੇ ਛੱਡਦਾ ਹੈ। ਕੋਈ ਕਹਿੰਦਾ, ਉਸ ਜ਼ੈਲ ਸਿੰਘ ਵਰਗੇ ਡਾਕੂ ਨੂੰ ਨੱਥ ਪਾ ਛੱਡੀ ਹੈ, ਅਤੇ ਕੋਈ ਆਖਦਾ, ਉਸ ਇਕੱਲੇ ਨੇ 15-15 ਨੂੰ ਮਾਰ ਕੇ ਤੋੜ ਛੱਡਿਆ ਸੀ ਜਿਹੜੇ ਕਤਾਰੂ ਗਿੱਲ ਵਿੱਚ ਚੋਰੀ ਕਰਨ ਆਏ ਸਨ। ਗੱਲ ਕੀ ਰੋਜ਼ ਹੀ ਕੋਈ ਨਵੀਂ ਗੱਲ ਹਜ਼ਾਰਾ ਸਿੰਘ ਬਾਰੇ ਸੁਣਨ ਨੂੰ ਮਿਲਦੀ। ਉਹਦੀ ਇੱਕ ਭੈਣ ਵੀ ਸੀ ਜਿਸਦਾ ਨਾਂ ਰਤਨੀ ਸੀ। ਉਸਦੇ ਹੁਸਨ ਜਵਾਨੀ ਦੇ ਚਰਚੇ ਵੀ ਲੋਕ ਦੱਬੀ ਜ਼ਬਾਨ ਵਿੱਚ ਕਰਦੇ। ਹਜ਼ਾਰਾ ਸਿੰਘ ਸਰਦਾਰ ਤਰਲੋਕ ਸਿੰਘ ਜ਼ੈਲਦਾਰ ਦਾ ਇਕੱਲਾ ਪੁੱਤਰ ਸੀ। ਇਹ ਗੱਲ 'ਤੇ ਲੋਕ ਵੀ ਠੀਕ ਹੀ ਆਖਦੇ ਸਨ ਵੀ ਹਜ਼ਾਰਾ ਸਿੰਘ ਬੜੇ ਵੱਡੇ ਪਿਓ ਦਾ ਬੜਾ ਵੱਡਾ ਪੁੱਤਰ ਹੈ। ਜਦੋਂ ਰਘਵੀਰ ਸਿੰਘ ਕਤਾਰੂ ਗਿੱਲ ਦੇ ਹਜ਼ਾਰਾ ਸਿੰਘ ਦੀ ਜੈਰਾਤ ਬਹਾਦਰੀ ਅਤੇ ਵਡਿਆਈ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਿਆ ਤਾਂ ਇੱਕ ਦਿਨ ਮੂੰਹ ਹਨੇਰੇ ਵਿੱਚ ਉਸਨੇ ਆਪਣੀ ਘੋੜੀ 'ਤੇ ਕਾਠੀ ਪਾਈ, ਆਪਣੀ ਤੇਲ ਵਿੱਚ ਭਿੱਜੀ ਹੋਈ ਡਾਂਗ ਹੱਥ ਵਿੱਚ ਫੜੀ ਅਤੇ ਕਤਾਰੂ ਗਿੱਲ ਨੂੰ ਚੱਲ ਪਿਆ। ਕਤਾਰੂ ਗਿੱਲ ਉਹਦੇ ਆਪਣੇ ਪਿੰਡ ਤੋਂ 20 ਕੋਹ ਦੂਰ ਗਿੱਲ ਜੱਟਾਂ ਦਾ ਪਿੰਡ ਸੀ। ਰੋਟੀ ਵੇਲੇ ਨਾਲ ਉਹਦੇ ਮੁੜਕੇ ਨਾਲ ਭਿੱਜੀ ਘੋੜੀ ਕਤਾਰੂ ਗਿੱਲ ਵਿੱਚ ਦਾਖਲ ਹੋਈ। ਰਘਵੀਰ ਨੇ ਜਦੋਂ ਤੁਰੇ ਜਾਂਦੇ ਬੰਦੇ ਨੂੰ ਖਿਲਾਰ ਕੇ ਹਜ਼ਾਰਾ ਸਿੰਘ ਦਾ ਘਰ ਪੁੱਛਿਆ ਤਾਂ ਉਸਨੇ ਪਹਿਲਾਂ ਬੜੀ ਨੀਝ ਨਾਲ ਉਸਨੂੰ ਪੈਰਾਂ ਤੋਂ ਸਿਰ ਤੱਕ ਤੱਕਿਆ ਅਤੇ ਫਿਰ ਇੱਕ ਪੱਕੀ ਹਵੇਲੀ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ਆਓ, ਹਜ਼ਾਰਾ ਸਿੰਘ ਦੀ ਹਵੇਲੀ ਹੈ। ਹਵੇਲੀ ਦੇ ਫਾਟਕ ਅੱਗੇ ਰਘਵੀਰ ਸਿੰਘ ਘੋੜੀ ਤੋਂ ਉਤਰਿਆ। ਸਿਆਲ ਦੇ ਦਿਨ ਸਨ ਪਰ ਉਹਦੀ ਘੋੜੀ ਦਾ ਮੁੜਕਾ ਚੋਲ ਡਿਆ ਸੀ।
ਉਸ ਪਿੰਡ ਵਿੱਚ ਉਹ ਪਹਿਲੀ ਵਾਰ ਆਇਆ ਸੀ। ਨਾ ਉਹ ਕਿਸੇ ਨੂੰ ਜਾਣਦਾ ਸੀ ਅਤੇ ਨਾ ਹੀ ਉਹਨੂੰ ਕੋਈ ਜਾਣਦਾ ਸੀ। ਇਸ ਕਰਕੇ ਉਹ ਬੇਧੜਕ ਅੰਦਰ ਲੰਘ ਗਿਆ। ਹਵੇਲੀ ਖਾਲਮ ਖਾਲੀ ਪਈ ਸੀ। ਵਿਹੜੇ ਵਿੱਚ ਲੱਕੜੀ ਦੀ ਵੱਡੀ ਸਾਰੀ ਖੁਰਲੀ ਸੀ ਜਿਸ 'ਤੇ ਚਾਰ ਢੱਗੇ ਬੱਧੇ ਹੋਏ ਸਨ। ਅਗਾਂਹ ਨਾਲ ਹੀ ਇੱਕ ਡਾਚੀ ਮੂੰਹ ਚੱਕ ਕੇ ਫਾਟਕ ਵੱਲ ਵੇਖ ਰਹੀ ਸੀ। ਖੱਬੇ ਬੰਨੇ ਕੰਧ ਦੇ ਨਾਲ ਮਿੱਟੀ ਦੀ ਖੁਰਲੀ 'ਤੇ ਚਾਰ ਪੰਜ ਨਹਾਤੀਆਂ ਧੋਤੀਆਂ ਮੱਝਾਂ ਵਧੀਆਂ ਹੋਈਆਂ ਸਨ। ਸੱਜੇ ਬੰਨੇ ਵੀ ਕੰਧ ਨਾਲ ਪੱਕੇ ਖੁਰਲ ਅਤੇ ਦੋ ਸੁਥਰੀਆਂ ਘੋੜੀਆਂ ਪੱਠੇ ਖਾਣ ਡਈਆਂ ਸਨ। ਬੜਾ ਸੁਥਰਾ ਮਾਲ ਹੈ, ਰਘਬੀਰ ਸਿੰਘ ਨੇ ਦਿਲ ਹੀ ਦਿਲ ਵਿੱਚ ਆਖਿਆ ਅਤੇ ਨਾਲ ਹੀ ਹਵੇਲੀ ਦੀਆਂ ਕੰਧਾਂ ਵੱਲ ਵੇਖਿਆ ਜੋ ਦੋ ਦੋ ਬੰਦੇ ਉੱਚੀਆਂ ਸਨ। ਉਹਨੇ ਘੋੜੀ ਦੀ ਲਗਾਮ ਲਾ ਕੇ ਉਹਦਾ ਤੰਗ ਢਿੱਲਾ ਕੀਤਾ ਅਤੇ ਪਰੇ ਖੜੀਆਂ ਘੋੜੀਆਂ ਦੇ ਨਾਲ ਹੀ ਬੰਨ੍ਹ ਦਿੱਤਾ ਅਤੇ ਆਪ ਉਹ ਪਰਾਂ ਪਈ ਹੋਈ ਖਾਲੀ ਮੰਜੀ ਉੱਤੇ ਬਹਿ ਗਿਆ। ਘੜੀ ਕੁ ਪਿੱਛੋਂ ਹਜ਼ਾਰਾ ਸਿੰਘ ਆ ਗਿਆ। ਉਹ ਰਘਬੀਰ ਸਿੰਘ ਨੂੰ ਕੋਈ ਮੁਸਾਫਰ ਸਮਝ ਕੇ ਉਹਦੀ ਟਹਿਲ ਸੇਵਾ ਕਰਨ ਲੱਗਿਆ। ਅੰਨ ਪਾਣੀ ਤੋਂ ਵਿਹਲੇ ਹੋ ਕੇ ਉਹ ਗੱਲਾਂ ਕਰਨ ਲੱਗ ਪਏ। ਜਦੋਂ ਚੰਗੀ ਤਰ੍ਹਾਂ ਦਿਨ ਢਲ ਗਿਆ ਅਤੇ ਪਾਲਾ ਧਰਤੀ 'ਤੇ ਫਹਾਰਾ ਵਾਂਗ ਪੈਣ ਲੱਗਿਆ ਤਾਂ ਰਘਬੀਰ ਸਿੰਘ ਨੇ ਆਪਣੀ ਲੋਈ ਦੀ ਬੁੱਕਲ ਘੁੱਟ ਕੇ ਮਾਰ ਲਈ। ਇਹਦੇ ਨਾਲ ਹੀ ਉਹਨੇ ਹਜ਼ਾਰਾ ਸਿੰਘ ਤੋਂ ਜਾਣ ਦੀ ਇਜਾਜ਼ਤ ਮੰਗੀ। ਉਦੋਂ ਹੀ ਹਜ਼ਾਰਾ ਸਿੰਘ ਨੇ ਆਖਿਆ, ਜਵਾਨਾ ਤੂੰ ਇਹ ਤਾਂ ਦੱਸਿਆ ਹੀ ਨਹੀਂ ਕਿ ਤੂੰ ਕਿੱਥੋਂ ਆਇਆ ਅਤੇ ਤੇਰੇ ਘਰ ਕਿੱਥੇ ਨੇ। ਰਘਬੀਰ ਸਿੰਘ ਹੱਸ ਪਿਆ ਅਤੇ ਆਖਣ ਲੱਗਾ, ਮੈਂ ਰਾਵੀ ਪਾਰ ਦਾ ਆਇਆ। ਇੱਥੋਂ ਜੋਗੇ ਬੱਗੇ ਸਾਕ ਅੰਗ ਨੇ, ਉਹਨਾਂ ਨੂੰ ਮਿਲਣ ਗਿਲਣ ਆਇਆ ਸੀ। ਤੁਹਾਡੀ ਬੜੀ ਧੁੰਮ ਸੁਣੀ ਸੀ ਅਤੇ ਮੈਂ ਆਖਿਆ ਕਿ ਵੇਖ ਹੀ ਆਵਾਂ, ਇਹੋ ਜਿਹੇ ਸਾਨ ਆਦਮੀ ਕਦੋਂ ਰੋਜ਼ ਰੋਜ਼ ਮਿਲਦੇ ਨੇ। ਅੱਛਾ, ਹਜ਼ਾਰਾ ਸਿੰਘ ਨੇ ਆਪਣੀਆਂ ਪਤਲੀਆਂ ਜਿਹੀਆਂ ਮੁੱਛਾਂ ਨੂੰ ਵੱਟ ਦਿੰਦਿਆਂ ਆਖਿਆ। ਫਿਰ ਉਹਨੂੰ ਕੋਈ ਗੱਲ ਯਾਦ ਆ ਗਈ ਹੋਵੇ ਅਤੇ ਆਖਣ ਲੱਗਾ, ਸੁਣਿਆ ਜੱਗੇ ਬੱਗੇ ਦਾ ਰਘਬੀੜ ਬੜਾ ਹੀ ਜੀਦਾਰ ਚੋਰ ਹੈ। ਸੁਣਿਆ ਜੱਗੇ ਬੱਗੇ ਦਾ ਰਘਬੀਰ ਬੜਾ ਹੀ ਜੀਦਾਰ ਚੋਰ ਹੈ। ਰਘਬੀਰ ਸਿੰਘ ਪਹਿਲਾਂ ਤਾਂ ਕੁਝ ਝੱਕ ਗਿਆ ਅਤੇ ਫਿਰ ਆਖਣ ਲੱਗਾ, ਆਹੋ ਸੁਣਿਆ ਬੜਾ ਸਾਨ ਆਦਮੀ ਹੈ। ਉਹ ਚੋਰ ਕੀ ਅਤੇ ਸਾਨ ਕੀ, ਇੰਨਾ ਆ ਕੇ ਹਜ਼ਾਰਾ ਸਿੰਘ ਹੱਸਣ ਲੱਗਾ। ਫਿਰ ਇਕਦਮ ਚੁੱਪ ਹੁੰਦਿਆਂ ਬੋਲਿਆ, ਕਦੇ ਕਤਾਰੂ ਗਿੱਲ ਵੱਲ ਮੂੰਹ ਕਰੇ ਤਾਂ ਦੱਸਾਂ ਕਿੱਡਾ ਕੁ ਸਾਨ ਹੈ ਉਹ। ਰਘਬੀਰ ਸਿੰਘ ਮਿੰਨਾ ਜਿਹਾ ਹੱਸ ਕੇ ਚੁੱਪ ਕਰ ਗਿਆ। ਫਿਰ ਉੱਠਣ ਲੱਗਾ, ਬੋਲਿਆ, ਸਰਦਾਰ ਜੀ, ਦੁਨੀਆ ਇੱਕ ਤੋਂ ਇੱਕ ਵੱਡੀ ਬਲਾ ਹੈ, ਪਰ ਜੇ ਉਹ ਬੜੀ ਬਲਾ ਹੈ ਤਾਂ ਸਾਨੂੰ ਕੀ। ਹਜ਼ਾਰੇ ਨੇ ਤਿੱਖੀ ਨਜ਼ਰ ਉਸ ਵੱਲ ਵੇਖਿਆ ਅਤੇ ਫਿਰ ਆਖਣ ਲੱਗਾ, ਤੁਸਾਂ ਉਹਨੂੰ ਵੇਖਿਆ ਹੀ? ਆਹੋ ਇੱਕ ਵਾਰੀ। ਕਿਸ ਤਰ੍ਹਾਂ ਦਾ ਜਵਾਨ ਆ ਉਹ? ਚੰਗਾ ਸੁਥਰਾ ਹੈ, ਜੇ ਉਹ ਕਦੇ ਤੈਨੂੰ ਮਿਲੇ ਤਾਂ ਮੇਰਾ ਸੁਨੇਹਾ ਦੇਵੇ, ਹਜ਼ਾਰੇ ਨੇ ਆਖਿਆ। ਤੁਸੀਂ ਉਹਨੂੰ ਜਾਣਦੇ ਹੋ ਸਰਦਾਰ ਜੀ? ਰਘਬੀਰ ਸਿੰਘ ਨੇ ਪੁੱਛਿਆ। ਜਾਣਦੇ ਤਾਂ ਨਹੀਂ, ਬਸ ਨਾ ਹੀ ਸੁਣਿਆ। ਅੱਛਾ ਚਲੋ ਦੱਸੋ ਕੀ ਸੁਨੇਹਾ ਦੇਣਾ ਉਹਨੂੰ? ਉਹਨੂੰ ਆਖੀ ਜੇ ਉਹ ਕਦੇ ਕਤਾਰੂ ਗਿੱਲ 'ਚੋਂ ਭੇਡ ਦਾ ਇੱਕ ਲੇਲਾ ਵੀ ਚੱਕ ਕੇ ਲੈ ਜਾਵੇ ਨਾ ਤਾਂ ਮੈਂ ਉਹਨੂੰ ਮੰਨਾਂ। ਚੰਗਾ ਜੇ ਮਿਲਿਆ ਤਾਂ ਆਖ ਦੇਵਾਂਗਾ। ਇੰਨਾ ਕਹਿ ਕੇ ਰਘਬੀਰ ਉੱਠਿਆ, ਹਜ਼ਾਰਾ ਸਿੰਘ ਨਾਲ ਦੁਆ ਸਲਾਮ ਕੀਤੀ, ਘੋੜੀ 'ਤੇ ਚੜ੍ਹਿਆ ਅਤੇ ਆਪਣੇ ਪਿੰਡ ਨੂੰ ਤੁਰ ਗਿਆ। ਅਤੇ ਉਸ ਤੋਂ ਤੀਸਰੀ ਰਾਤ ਹਜ਼ਾਰਾ ਸਿੰਘ ਦਾ ਸਾਰਾ ਮਾਲ ਡੰਗਰ ਚੋਰ ਲੈ ਗਏ। ਉਂਝ ਤਾਂ ਚੋਰ ਸੁੱਤੀ ਪਈ ਰਤਨੀ ਦੀਆਂ ਮੁਰਕੀਆਂ ਵੀ ਲੈ ਗਏ, ਪਰ ਰਤਨੀ ਨੇ ਆਪਣੀਆਂ ਮੁਰਕੀਆਂ ਲੱਥ ਜਾਣ ਦਾ ਭੋਰਾ
ਭੋਗ ਹੀ ਨਾ ਪਾਇਆ ਕਿਉਂਕਿ ਇਸ ਗੱਲ ਦਾ ਰਤਨੀ ਕੋਲ ਕੋਈ ਜਵਾਬ ਹੀ ਨਹੀਂ ਸੀ। ਚਾਰ ਟੱਗੇ, ਚਾਰ ਮੱਝਾਂ, ਦੋ ਘੋੜੀਆਂ ਅਤੇ ਕਡਾਚੀ, ਹਜ਼ਾਰਾ ਸਿੰਘ ਦਾ ਸਾਰਾ ਹੀ ਮਾਲ ਡੰਗਰ ਚੋਰੀ ਹੋ ਗਿਆ ਸੀ। ਪਰ ਖੁਰਾ ਇੱਕ ਬੰਦੇ ਤੋਂ ਵੱਧ ਕਿਸੇ ਦਾ ਨਾ ਲੱਭਾ ਅਤੇ ਉਹ ਵੀ ਕਤਾਰੂਗਿੱਲ ਦੀਆਂ ਗਲੀਆਂ ਦੇ ਬਾਹਰ ਨਾ ਗਿਆ। ਇੱਕ ਤੋਂ ਇੱਕ ਚੰਗਾ ਖੋਜੀ ਆਇਆ ਪਰ ਹਰ ਕੋਈ ਸਿਰ ਮਾਰ ਗਿਆ ਅਤੇ ਕਿਸੇ ਨੂੰ ਵੀ ਦੂਜੇ ਬੰਦੇ ਦਾ ਖੁਰਾ ਨਾ ਲੱਭਾ। ਅਤੇ ਉਹ ਉਸ ਇੱਕ ਬੰਦੇ ਦਾ ਖੁਰਾ ਵੀ ਕਿਹਾ ਲੱਭਾ ਜਿਹਾ ਨਾ ਲੱਭਾ, ਕਿਉਂਕਿ ਨਾ ਹੀ ਹਜ਼ਾਰਾ ਸਿੰਘ ਅਤੇ ਨਾ ਹੀ ਕੋਈ ਹੋਰ ਸੁਣਨ ਵਾਲਾ ਇਹ ਗੱਲ ਮੰਨਦਾ ਸੀ ਕਿ ਇਹ ਇੱਕ ਬੰਦੇ ਦਾ ਕੰਮ ਹੈ। 15 ਦਿਨ ਹਜ਼ਾਰਾ ਸਿੰਘ ਨੇ ਊਠਾਂ ਦੇ ਬੰਦਿਆਂ ਨਾਲ ਸਾਰਾ ਮਾਝਾ ਛਾਣ ਮਾਰਿਆ ਪਰ ਨਾ ਉਸ ਚੋਰ ਦਾ ਪਤਾ ਲੱਗਾ ਅਤੇ ਨਾ ਹੀ ਮਾਲ ਦਾ। ਕਿਸੇ ਆਖਿਆ ਥਾਣੇ ਪਰਚਾ ਦਿਓ, ਉਦੋਂ ਹੀ ਹਜ਼ਾਰਾ ਸਿੰਘ ਨੇ ਕਿਹਾ ਨਹੀਂ, ਇਹ ਕੰਮ ਨਹੀਂ ਕਰਨਾ, ਮਾਲ ਜੋ ਲੈ ਗਿਆ ਲੈ ਗਿਆ, ਉਸ ਬੰਦੇ ਦਾ ਤਾਂ ਪਤਾ ਲੱਗੇ ਉਹ ਕਿਹੜਾ ਸਾਹਨ ਹੈ ਜਿਹਨੇ ਮੇਰੇ ਘਰ ਚੋਰੀ ਕੀਤੀ ਹੈ। ਪਰ ਚੋਰ ਨਾ ਲੱਭਣਾ ਸੀ ਅਤੇ ਨਾ ਹੀ ਲੱਭਾ। ਸਾਰੇ ਮਾਝੇ ਵਿੱਚ ਉਸ ਚੋਰ ਦੀਆਂ ਗੱਲਾਂ ਹੁੰਦੀਆਂ ਸਨ ਜਿਹਨੇ ਵੱਡੇ ਵੱਡੇ ਚੋਰਾਂ ਨੂੰ ਹੈਰਾਨ ਕਰ ਛੱਡਿਆ ਸੀ। ਇਸ ਤਰ੍ਹਾਂ ਹੀ 20 ਦਿਨ ਲੰਘ ਗਏ ਅਤੇ ਹਜ਼ਾਰਾ ਸਿੰਘ ਥੱਕ ਕੇ ਬਹਿ ਗਿਆ। 21ਵੀਂ ਰਾਤ ਅਜੇ ਅੱਧੀ ਨਹੀਂ ਸੀ ਲੰਘੀ ਕਿ ਧੁੰਦ ਅਤੇ ਮਿੰਨੀ ਮਿੰਨੀ ਚਾਨਣੀ 'ਚ ਲਿਪਟੇ ਕਤਾਰੂਗਿੱਲ ਵਿੱਚ ਇੱਕ ਗੱਭਰੂ ਵੜਿਆ। ਚੰਦ ਦੀ ਲੋ ਵਿੱਚ ਉਸਦੀ ਛਵੀ ਦਾ ਫਲ ਲਿਸ਼ਕਦਾ ਪਿਆ ਸੀ। ਉਹਦਾ ਮੂੰਹ ਠਾਠੇ 'ਚ ਅਤੇ ਉਹਦਾ ਸਰੀਰ ਗੂੜੇ ਰੰਗ ਦੇ ਕੰਬਲ ਵਿੱਚ ਲਿਪਟਿਆ ਹੋਇਆ ਸੀ। ਉਹ ਇੱਕ ਕਾਨੇ ਜਿਹੇ ਨਾਲ ਹਜ਼ਾਰਾ ਸਿੰਘ ਦੇ ਸਾਰੇ ਡੰਗਰ ਹਿੱਕੀ ਆਉਂਦਾ ਪਿਆ ਸੀ। ਡੰਗਰ ਹਵੇਲੀ ਪਛਾਣ ਕੇ ਬੂਹੇ ਅੱਗੇ ਖੜੋ ਗਏ ਅਤੇ ਗੱਭਰੂ ਕਿਸੇ ਬਾਂਦਰ ਦੀ ਫੁਰਤੀ ਨਾਲ ਦੋ ਦੋ ਬੰਦੇ ਉੱਚੀ ਕੰਧ 'ਤੇ ਚੜ੍ਹਿਆ ਅਤੇ ਖੜਕਾ ਕੀਤੇ ਬਗੈਰ ਹੌਲੀ ਜਿਹੀ ਉਹਨੇ ਅੰਦਰੋਂ ਫਾਟਕ ਖੋਲ੍ਹ ਦਿੱਤਾ। ਡੰਗਰ ਅੰਦਰ ਵੜੇ, ਹਵੇਲੀ ਦਾ ਅੰਦਰੋਂ ਕੁੰਡਾ ਮਾਰਿਆ ਅਤੇ ਫਿਰ ਉਸਨੇ ਬਰਾਂਡੇ ਵਿੱਚ ਸੁੱਤੇ ਕਾਮਿਆਂ ਵੱਲ ਵੇਖਿਆ। ਉਹ ਐਡੀ ਗੂੜੀ ਨੀਂਦ ਸੁੱਤੇ ਹੋਏ ਸਨ ਜਿਵੇਂ ਮਰੇ ਪਏ ਹੋਣ। ਉਹ ਹੌਲੀ ਜਿਹੀ ਹੱਸਿਆ, ਫਿਰ ਕੰਧ ਉੱਪਰੋਂ ਛਾਲ ਮਾਰ ਕੇ ਹੇਠਾਂ ਆਇਆ ਅਤੇ ਪਿੰਡੋਂ ਬਾਹਰ ਨੂੰ ਤੁਰ ਪਿਆ। ਅਗਾਂਹ ਉਹਦੀ ਮੁਸ਼ਕੀ ਘੋੜੀ ਟਾਹਲੀ ਨਾਲ ਬੱਧੀ ਹੋਈ ਸੀ। ਜਿਉਂ ਹੀ ਉਹਨੇ ਆਪਣੀ ਘੋੜੀ ਖੋਲ੍ਹੀ ਤਾਂ ਪਿੱਛਿਓਂ ਕਿਸੇ ਨੇ ਉਹਦੇ ਮੋਢੇ 'ਤੇ ਹੱਥ ਰੱਖਿਆ। ਉਹ ਬਿਜਲੀ ਦੀ ਫੁਰਤੀ ਨਾਲ ਉੱਛਲ ਕੇ ਦੂਰ ਜਾ ਖਲੋਤਾ ਅਤੇ ਉਸ ਆਪਣੀ ਛਵੀ ਸਿੱਧੀ ਕਰਕੇ ਫੜ ਲਈ। ਫਿਰ ਉਹਨੇ ਸਾਹਮਣੇ ਖਲੋਤੇ ਬੰਦੇ ਵੱਲ ਵੇਖਿਆ ਜਿਸਨੇ ਉਹਦੇ ਮੋਢੇ 'ਤੇ ਹੱਥ ਰੱਖਿਆ ਸੀ। ਗੌਰ ਨਾਲ ਵੇਂਹਦਿਆਂ ਉਹਨੂੰ ਅਹਿਸਾਸ ਹੋਇਆ ਕਿ ਉਹ ਬੰਦਾ ਨਹੀਂ, ਇੱਕ ਕੁੜੀ ਸੀ। ਹੱਦੋਂ ਸੋਹਣੀ ਚੰਨ ਦੀ ਲੋ ਵਿੱਚ ਕੁੜੀ ਦਾ ਚਿਹਰਾ ਇਸ ਤਰ੍ਹਾਂ ਚਮਕਦਾ ਪਿਆ ਸੀ ਜਿਵੇਂ ਧੁੱਪ ਵਿੱਚ ਤਾਂਬੇ ਦਾ ਥਾਲ। ਗੱਭਰੂ ਦੇ ਪਿੰਡ 'ਚ ਖੌਫ ਦੀ ਇੱਕ ਲਹਿਰ ਲੰਘ ਗਈ। ਉਦੋਂ ਹੀ ਕੁੜੀ ਹੱਸਦਿਆਂ ਆਖਣ ਲੱਗੀ, ਸਾਡਾ ਮਾਲ ਦੇ ਮੋੜ ਚੱਲਿਆ ਏ, ਪਰ ਤੂੰ ਆਪਣਾ ਨਾਂ ਨਹੀਂ ਦੱਸਿਆ। ਅਤੇ ਉਦੋਂ ਹੀ ਗੱਭਰੂ ਨੇ ਅੱਖਾਂ ਖੋਲ੍ਹ ਕੇ ਉਸ ਕੁੜੀ ਵੱਲ ਵੇਖਿਆ, ਫਿਰ ਆਪਣੇ ਬੋਝੇ 'ਚੋਂ ਕੁਝ ਕੱਢ ਕੇ ਕੁੜੀ ਨੂੰ ਆਖਣ ਲੱਗਾ, ਇਹ ਨੇ ਰਤਨ ਕੌਰੇ ਤੇਰੀਆਂ ਮੁਰਕੀਆਂ, ਮੈਂ ਸਹੁੰ ਖਾਧੀ ਸੀ ਵੀ ਤੇਰੇ ਹੱਥਾਂ ਵਿੱਚ ਆਪ ਫੜਾਵਾਂਗਾ। ਗੱਭਰੂ ਨੇ ਕੁੜੀ ਦਾ ਹੱਥ ਫੜ ਕੇ ਉਹਦੀ ਤਲੀ 'ਤੇ ਮੁਰਕੀਆਂ ਰੱਖ ਦਿੱਤੀਆਂ। ਸੋਨੇ ਦੇ ਰੰਗ ਦੀ ਚਾਨਣੀ ਵਿੱਚ ਸੋਨਾ ਹੋਰ ਲਿਸ਼ਕਿਆ। ਗੱਭਰੂ ਛਾਲ ਮਾਰ ਕੇ ਆਪਣੀ ਘੋੜੀ 'ਤੇ ਚੜ੍ਹ ਗਿਆ ਅਤੇ ਉਦੋਂ ਹੀ ਕੁੜੀ ਛੇਤੀ ਦਿਨੇ ਆਖਣ ਲੱਗੀ, ਅੜਿਆ ਜੇ ਤੂੰ ਆਪਣਾ ਨਾਂ ਨਹੀਂ ਦੱਸਣਾ ਤਾਂ ਮੁਰਕੀਆਂ ਵੀ ਲੈ ਜਾ, ਮੈਂ ਨਿਰੀਆਂ ਮੁਰਕੀਆਂ ਦਾ ਕੀ ਕਰਨਾ। ਅਤੇ ਰਘਵੀਰ ਸਿੰਘ ਨੂੰ ਲੱਗਿਆ ਜਿਵੇਂ ਕਿਸੇ ਨੇ ਬੇੜੀਆਂ ਪਾ ਕੇ ਸਾਰੀ ਉਮਰ ਲਈ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਹੋਵੇ। ਬਹੁਤ 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 ਧੰਨਵਾਦ।